ਲੇ ਦੇ ਵਿੱਚ ਪਹਾੜਾਂ ਦੇ ਵਿੱਚ ਅੱਗ ਲੱਗੀ ਸੀ ਕਾਫੀ ਲੋਕਾਂ ਦਾ ਨੁਕਸਾਨ ਕੀਤਾ ਕਾਫੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਤੇ ਹੋਰ ਕਿਸ-ਕਿਸ ਚੀਜ਼ ਦਾ ਨੁਕਸਾਨ ਹੋ ਗਿਆ ਵੀ ਕਿਵੇਂ ਪਰਪਾਈ ਹੋਊਗੀ ਹਾਂਜੀ ਡਾਕਟਰ ਸਾਹਿਬ ਇਸ ਵਾਰ ਦਾ ਜਿਹੜਾ ਸਮਰ ਆ ਉਹ ਕੈਲੀਫੋਰਨੀਆ ਦੇ ਲਈ ਕਈ ਮਾਇਨੇ ਰੱਖਦਾ ਕਈ ਵਾਰੀ ਆਪਾਂ ਅੱਗਾਂ ਦੇਖੀਆਂ ਤੇ ਬਹੁਤ ਵੱਡੇ ਲੈਵਲ ਦੀਆਂ ਆਪਾਂ ਵਾਈਲਡ ਫਾਇਰਸ ਦੇਖੀਆਂ ਨੇ ਸੈਂਡ ਬਰਨਰਡੀਨੋ ਕਾਉਂਟੀ ਦੇ ਵਿੱਚ ਜਿਹੜੀ ਵਾਈਲਡ ਫਾਇਰ ਹੈ ਇਹਨੇ ਵੀ ਭਾਰੀ ਤਬਾਹੀ ਮਚਾਈ ਹੈ ਤੇ ਇਸੇ ਸਿਲਸਿਲੇ ਦੇ ਵਿੱਚ ਇੱਕ ਅੱਗ ਲਾਉਣ ਵਾਲਾ ਹੌਲਡਬਾਜ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਅੱਗ ਬ੍ਰਾਡਸਾਪ ਇਸ ਨੂੰ ਕੈਲੀਫੋਰਨੀਆ ਦੀ ਲਾਈਨ ਫਾਇਰ ਕਿਹਾ ਜਾ ਰਿਹਾ ਹੈ। ਇਸ ਅੱਗ ਕਾਰਨ ਹੁਣ ਤੱਕ ਕਟੋ-ਕਟ 34 ਤੋਂ 35 ਹਜ਼ਾਰ ਏਕੜ ਸੜ ਕੇ ਸੁਆਹ ਹੋ ਚੁੱਕਿਆ ਹੈ ਸਾਊਥ ਕੈਲੀਫੋਰਨੀਆ ਦੀ ਤਿੰਨ ਮੇਜਰ ਅੱਗਾਂ ਜਿਹੜੀਆਂ ਪਿਛਲੇ ਹਫ਼ਤੇ ਦੇ ਵਿੱਚ ਲੱਗੀਆਂ ਉਹਨਾਂ ਦੇ ਵਿੱਚੋਂ ਇੱਕ ਇਹ ਹੈਗੀ ਆ ਲਾਈਨ ਫਾਇਰ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬ੍ਰਾਡਸਾਪ ਲੋਕਾਂ ਨੂੰ ਏਵੈਕੂਏਟ ਕੀਤਾ ਗਿਆ ਹੈ। 65 ਹਜ਼ਾਰ ਤੋਂ ਵੱਧ ਇਮਾਰਤਾਂ ਦੱਸਿਆ ਹੈ। ਕਿ ਇਸ ਅੱਗ ਦੇ ਕਾਰਨ ਖਤਰੇ ਦੇ ਵਿੱਚ ਆ ਜਿਨ੍ਹਾਂ ਦੇ ਉੱਤੇ ਕੁਝ ਨਾ ਕੁਝ ਪਰਸੈਂਟ ਇਫੈਕਟ ਵੀ ਜ਼ਰੂਰ ਹੋਊਗਾ ਲਗਾਤਾਰ ਵੱਧਦੀਆਂ ਲਪਟਾਂ ਦੇ ਕਾਰਨ ਇਸ ਅੱਗ ਨੂੰ ਕਾਬੂ ਕਰਨਾ ਵੀ ਬਹੁਤ ਮੁਸ਼ਕਲ ਹੈ ਇਸ ਅੱਗ ਦਾ ਵਧਣ ਦਾ ਜਿਹੜਾ ਮੁੱਖ ਕਾਰਨ ਸਟਰੋਂਗ ਵਿੰਡਸ ਤੇ ਡਰਾਈ ਕੰਡੀਸ਼ਨਸ ਹੈ ਹੋਰ ਏਰੀਆਜ਼ ਦੇ ਵਿੱਚ ਵੀ ਲਗਾਤਾਰ ਏਵੈਕੂਏਸ਼ਨ ਦੇ ਆਰਡਰ ਦਿੱਤੇ ਜਾ ਰਹੇ ਆ ਗਵਰਨਰ ਸਾਹਿਬ ਵੱਲੋਂ ਜਿਹੜੀ ਐਮਰਜੈਂਸੀ ਡਿਕਲੇਅਰ ਕੀਤੀ ਹੈ ਉਹਦੇ ਵਿੱਚ ਵੀ ਲਗਾਤਾਰ ਐਕਸਟੈਂਸ਼ਨਸ ਆ ਰਹੀਆਂ ਨੇ ਇਸ ਸੌਸਲੇ ਦੇ ਵਿੱਚ ਹੁਣ ਇੱਕ 34 ਸਾਲਾਂ ਦੇ ਜਸਟਿਨ ਵੇਨ ਹਾਲਸਟਨਬਰਗ ਨੂੰ ਅਰੈਸਟ ਕਰ ਲਿਆ ਗਿਆ ਹੈ। ਇਸ ਬੰਦੇ ਦਾ ਸਬੰਧ ਵੀ ਕੈਲੀਫੋਰਨੀਆ ਦੇ ਲਾਸ ਐਂਜਲਸ ਦੇ ਇੱਕ ਟਾਊਨ ਨੋਰਕੋ ਦੇ ਨਾਲ ਹੈਗਾ। ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਅਜੇ ਇਹ ਤਾਂ ਨਹੀਂ ਪਤਾ ਲੱਗਿਆ ਕਿ ਇਹ ਇਸ ਬੰਦੇ ਨੇ ਇਹ ਹਰਕਤ ਕੀਤੀ ਕਿਉਂ ਸੀ ਜਾਂ ਕਿਵੇਂ ਕੀਤੀ ਸੀ ਪਰ ਇਹਨਾਂ ਜ਼ਰੂਰ ਪਤਾ ਹੈ ਕਿ ਅੱਗ ਲਾਉਣ ਦੇ ਵਿੱਚ ਮੁੱਖ ਜ਼ਿੰਮੇਵਾਰ ਮੇਨ ਅਕਿਊਜ਼ਡ ਇਹੀ ਬੰਦਾ ਸੀਗਾ। 2000 ਤੋਂ ਵੱਧ ਫਾਇਰਫਾਈਟਰਜ਼ ਅੱਗ ਬੁਝਾਉਣ ਨੂੰ ਲੱਗੇ ਹੋਏ ਆ ਨੈਸ਼ਨਲ ਗਾਰਡਜ਼ ਵੀ ਇਹਨਾਂ ਦੀ ਹੈਲਪ ਕਰ ਰਹੇ ਆ ਨਾਲ ਦੀ ਨਾਲ ਫੋਰਕਾਸਟਿੰਗ ਤੋਂ ਇਹਨਾਂ ਨੇ ਠੰਡੇ ਮੌਸਮ ਦੀ ਜਿਹੜੀ ਫੋਰਕਾਸਟਿੰਗ ਹੋਈ ਹੈ ਨੈਸ਼ਨਲ ਵੈਦਰ ਸਰਵਿਸਿਜ਼ ਵੱਲੋਂ ਉਹਦੇ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹਦੀ ਮਦਦ ਦੇ ਨਾਲ ਕੁਝ ਨਾ ਕੁਝ ਅੱਗ ਨੂੰ ਰੋਕ ਸਕਣਗੇ